दिन साडे तों थोड़े आ। मेरा यह कहने का मतलब सी भी इन्ने जाने हजे असि कवर अप करना आ, उत्थे भी जाना, उत्थे भी जाना। नहीं नहीं आपां नहीं आ गल करनी, आपां नहीं आ गणाउणा। लै दस ਇਦਾਂ ਚੰਗਾ ਲੱਗਦਾ ਆ, ਇੰਨੀ ਕੁ ਗੱਲ ਪਤਾ ਨਹੀਂ ਕਿੱਧਰ ਨੂੰ ਲੈ ਗਈ, ਕੀ ਹਿਸਾਬ ਕਿਤਾਬ। ਹੁਣ ਰੱਖੜੀ ਵੀ ਬੰਨਣੀ ਆ ਤਾਂ ਭਰਾ ਲਈ ਕੋਈ ਗਿਫਟ ਵੀ ਨਹੀਂ ਲਿਆ। ਇਹ ਕਹਿੰਦੇ ਫਰੇਮ, ਮੈਂ ਕਿਹਾ ਫਰੇਮ ਵਗੈਰਾ ਮੈਂ ਨਹੀਂ ਲੈਣਾ, ਕਿਉਂਕਿ ਤਾਂ ਮੈਂ ਕਿਹਾ ਕੋਈ ਆਪਾਂ ਇਦਾਂ ਦੀ ਚੀਜ਼ ਲੈ ਦਿੰਦੇ ਆ ਵੀ ਜਿਹੜੀ ਯੂਜ਼ ਕਰ ਸਕੇ। ਤੇ ਇਹ ਮੈਂ ਨਵਦੀਪ ਨੂੰ ਕ੍ਰੈਡਿਟ ਦੇਣਾ ਚਾਹੂੰਗੀ ਇਸ ਚੀਜ਼ ਦਾ, ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਵੀ ਕੁਛ ਲੈ ਆਉਂਦੇ, ਤੇ ਲੀ ਇੰਨੇ ਦਿਨਾਂ ਤਾਂ ਤੇਲੀ ਲੈ ਕੇ ਰੱਖਿਆ ਆ ਵੀ ਤੂੰ ਵੀ ਉਹਲੀ ਕੁਛ ਲੈ। ਮੈਂ ਤਾਂ ਥੋੜਾ ਸਮਝਦਾਰ ਹੈਗਾ ਹੀ ਆ, ਚਲੋ ਕੀ ਆਪਣੇ ਮੂੰਹੋਂ ਤਾਰੀਫ ਕਰਨੀ ਆ। ਆਰਾਮ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਅਵਰ ਚੈਨਲ ਮਿਸਟਰ ਐਂਡ ਮਿਸਿਸ ਸਟਾਈਲਿਸ਼। ਸਟਾਈਲਿਸ਼ ਉਦਾਂ ਮੈਂ ਸੋਚਦਾ ਹੁੰਦਾ, ਲੈਣ ਬੋਲਣ ਦਾ ਫਾਇਦਾ ਤਾਂ ਹੈ ਨਹੀਂ, ਦੇਖ ਕੇ ਪਤਾ ਲੱਗ ਜਾਂਦਾ। ਦੇਖ ਕੇ ਪਤਾ ਲੱਗ ਹੀ ਜਾਂਦਾ, ਮੈਨੂੰ ਪਤਾ ਸੀ ਇਹਨਾਂ ਨੇ ਕੀ ਕਹਿਣਾ ਆ। ਨਹੀਂ ਹੁਣ ਬੰਦਾ ਜਿਹੜੇ ਚੈਨਲ ਤੇ ਕਲਿੱਕ ਕਰਦਾ ਉਹਨੂੰ ਪਤਾ ਹੀ ਹੋਊ ਕਿਹੜਾ ਚੈਨਲ ਆ। ਹਾਂਜੀ, ਪਰ ਕੋਈ ਨਹੀਂ। ਹੋਰ ਸੁਣਾਓ ਕਿਵੇਂ ਹੋ ਸਾਰੇ? ਸਾਡੇ ਹਾਲ ਚਾਲ ਬਹੁਤ ਵਧੀਆ ਆ। ਐਜ਼ ਯੂਜ਼ੂਅਲ ਆਪਣੇ ਹਾਲ ਚਾਲ ਵਧੀਆ ਨੇ। ਹੁਣ ਗੁਰਲੀਨ ਦੇ ਨਾਲ ਰਹਿ ਰਿਹਾ ਕਿ ਮੇਰੀ ਵੀ ਥੋੜ੍ਹੀ ਇੰਗਲਿਸ਼ ਸਹੀ ਹੋਣ ਦਈ ਆ। ਓਵਰਆਲ 6.5 ਬੈਂਡ। ਸੋ ਅੱਜ ਆਪਾਂ ਚੱਲੇ ਆ ਪਿੰਡ ਨੂੰ, ਆਪਣੀ ਸਾਰੀ ਪੈਕਿੰਗ ਵਗੈਰਾ ਹੋ ਚੁੱਕੀ ਆ ਪੂਰੀ ਡਨ। ਹਾਂਜੀ, ਟੈਨਸ਼ਨ ਫ੍ਰੀ ਹੋ ਗਿਆ। ਹਾਂ ਮਤਲਬ ਆਲਮੋਸਟ ਹੋ ਗਈ ਆ, ਮਤਲਬ ਪੈਕਿੰਗ ਸਾਰੀ ਡਨ ਹੋ ਗਈ। ਨਿੱਕੀਆਂ ਮੋਟੀਆਂ ਚੀਜ਼ਾਂ ਰਹਿੰਦੀਆਂ ਆ, ਜਿੱਦਾਂ ਕੋਈ ਮਾੜੀ ਮੋਟੀ ਉਹ ਵੀ ਮਤਲਬ ਕੋਲੀਆਂ ਵਿੱਚ ਰੱਖਣ ਵਾਲੀਆਂ ਰਹਿੰਦੀਆਂ ਆ। ਪੂਰੇ ਨੇਮ ਵਗੈਰਾ ਸਲਿਪ ਲੈ ਕੇ ਉਹ ਵਾਲੇ ਪੈਕ ਆਪਾਂ ਕਿਹਾ ਸੀ ਆਪਾਂ ਇੱਕ ਦਿਨ ਪਹਿਲੇ ਕਰਾਂਗੇ, ਕਿਉਂਕਿ ਖੜੇ ਪੈਰ ਕੋਈ ਚੀਜ਼ ਯਾਦ ਆ ਜਾਵੇ ਬਾਈ ਚਾਂਸ, ਤਾਂ ਕਰਕੇ ਉਦੋਂ ਆਪਣਾ ਸਾਰਾ ਕੁਝ ਡਾਂਦੇ। ਹੁਣ ਆਪਾਂ ਬਸ ਬੈਠੇ ਪੈਰ ਵੀ ਯਾਦ ਆ ਜਾਂਦੀ ਹੁੰਦੀ ਆ ਵੈਸੇ, ਫਿਰ ਆਪਾਂ ਘੁੰਮਣ ਫਿਰਨ ਦਾ ਕੰਮ ਸਟਾਰਟ ਕਰਨ ਲੱਗੇ ਆ ਸਾਰਿਆਂ ਨੂੰ ਮਿਲਣਾ। ਸੋ ਅੱਜ ਪਹਿਲੇ ਆਪਾਂ ਚੱਲੇ ਆ ਪਿੰਡ ਨੂੰ, ਸ਼ਾਮਾਂ ਹੋ ਗਈਆਂ ਉਦੋਂ ਆਪਾਂ ਸ਼ਾਮ ਨੂੰ ਚੱਲੇ ਆ, ਹਮ 2 ਕੁ ਦਿਨ ਰਹਿ ਕੇ ਆਵਾਂਗੇ। ਮੈਂ ਕਿਹਾ ਮਿਲਣ ਵਾਲਾ ਕੰਮ ਸਟਾਰਟ ਕਰ ਲਈਏ, ਕਿਉਂਕਿ ਦਿਨ ਥੋੜੇ ਰਹਿ ਗਿਆ ਸਾਰੇ। ਗੁਰਲੀਨ ਦੇ ਦਿਮਾਗ 'ਚ ਪਹਿਲਾਂ ਇੱਕ ਹੀ ਨਾਮ ਆਇਆ, ਮਤਲਬ ਮੈਂ ਲੈ ਜਾਣੀ ਆ ਤੇ ਆਪਾਂ ਪਹਿਲਾਂ ਬੰਨ ਦੇਣੀ ਆ। ਆਪਾਂ ਬੁੱਲਾਂ ਤੇ ਜਾ ਕੇ ਰੱਖੜੀ ਵਗੈਰਾ ਲੈਂਦੇ ਆ ਤੇ ਆਪਾਂ ਅੱਜ ਹੀ ਬੰਨ ਦੇਣੀ ਜਾ ਕੇ। ਓਦਾਂ ਵੀ ਤਾਂ ਲੋਕੀ ਅੱਗੇ ਪਿੱਛੇ ਰੱਖੜੀ ਬੰਨ ਹੀ ਲੈਂਦੇ ਆ। ਹਾਂ ਉਹੀ, ਕੋਈ 2 ਦਿਨ ਪਹਿਲਾਂ ਕੋਈ 2 ਦਿਨ ਪਿੱਛੇ। ਹਾਂ ਤੇ ਆਪਾਂ ਮਤਲਬ ਹੁਣ ਇਸ ਵਾਰੀ ਆਪਾਂ ਪਹਿਲਾਂ ਬੰਨ ਦੇਣੀ ਆ। ਇਹ ਮੈਂ ਪਹਿਲੀ ਵਾਰੀ ਰੱਖੜੀ ਲੈ ਕੇ ਚੱਲੀ ਆ ਆਪਣੇ ਸਾਰਿਆਂ ਤੋਂ। ਪਿਛਲੀ ਵਾਰ ਨਹੀਂ ਗਈ ਸੀ? ਪਿਛਲੀ ਵਾਰੀ ਮੈਂ ਉੱਥੇ ਹੀ ਸੀਗੀ। ਅੱਛਾ, ਉੱਥੇ ਕਿਉਂਕਿ ਮੈਂ ਰਹਿਣ ਗਈ ਸੀ ਉਦੋਂ, ਮਹੀਨਾ ਸੌਣ ਕੱਟਣ ਗਈ ਸੀ ਉਹ ਸੌਣ ਮਹੀਨੇ ਚ ਰੱਖੜੀ ਸੀਗੀ। ਹਾਂ ਤੇ ਉਦੋਂ ਆਪਾਂ ਫਿਰ ਉੱਥੇ ਬੰਨ ਲਈ ਸੀਗੀ। ਇਸ ਵਾਰ ਤਾਂ ਵੀ ਮਾਤਾ ਨੁਕਸਾਨ ਹੋ ਗਿਆ ਕੀ ਇਹਨਾਂ ਨੂੰ, ਇਹ ਵੀ ਮੇਰਾ ਖਰਚਾ ਹੋ ਗਿਆ। ਲੈ ਦੱਸ ਖਰਚਾ ਹੋ ਜਾਣਾ। ਆਹੋ ਨਹੀਂ, ਜਦੋਂ ਸਰਕਾਰ ਨੂੰ ਪਤਾ ਲੱਗ ਜਾਵੇ ਨਾ ਵੀ ਮੈਂ ਸਹੁਰੇ ਚੱਲਾਂ ਆ, ਫਿਰ ਉਹ ਤੇਲ ਤੂੰ ਮਾਫ ਕਰ ਦਿੰਦੇ ਆ, ਇਹ ਕਹਿੰਦੇ ਤੂੰ ਜਿਹੜਾ ਮਰਜ਼ੀ ਪੈਟਰੋਲ ਪੰਪ ਤੋਂ ਪਵਾ ਲਈ। ਤੁਸੀਂ ਕਹਿੰਦੇ ਆ ਖਰਚਾ ਹੋਇਆ, ਮੈਂ ਕਿਹਾ ਮੇਰਾ ਕੋਈ ਖਰਚਾ ਹੋਇਆ ਜਾਂ ਕੁਛ ਕਿਹਾ ਮੈਂ? ਫਿਰ ਤੇ ਕੰਮ ਮਕਾਮ ਖੁੱਲੇ ਆ ਤੇ ਸ਼ਾਮਾਂ ਨੂੰ ਤੁਰੇ ਆ 5 ਵਜੇ, 5 ਤੋਂ ਵੀ ਬਾਅਦ ਹੀ ਠੰਡੇ ਹੋਏ, ਜਿਹੜਾ ਕਿ ਸਾਡਾ ਫੇਵਰਿਟ ਟਾਈਮ ਆ ਗਰਮੀਆਂ 'ਚ। ਕੋਈ ਵੀ ਕੰਮ ਕਰਨ ਦਾ ਸ਼ਾਮ ਨੂੰ 5 ਤੋਂ 6 ਦੇ ਵਿੱਚ, ਅਸੀਂ 5 ਵਜੇ ਪੂਰੇ ਤੁਰ ਪਏ ਆ, ਕਿਉਂਕਿ ਆਲਮੋਸਟ ਸਾਨੂੰ ਘੰਟਾ ਕੀ ਲੱਗਦਾ ਪਹੁੰਚਣ ਨੂੰ, ਇਹ ਇੰਨਾ ਥੋੜਾ ਹੀ ਰਾਹ ਆ, ਇੰਨਾ ਜ਼ਿਆਦਾ ਨਹੀਂ, ਆਪਾਂ ਘੰਟੇ ਦੇ ਵਿੱਚ ਉੱਥੇ ਪਹੁੰਚ ਜਾਣਾ ਵਾ। 6:30 ਜੇ ਅਸੀਂ ਦਿਲੋਂ ਚਾਹੀਏ ਫਿਰ 35 ਮਿੰਟ ਲੱਗਦੇ ਆ। ਨਹੀਂ ਅਸੀਂ ਦਿਲੋਂ ਨਹੀਂ ਚਾਹਣਾ, ਆਪਾਂ ਹੌਲੀ ਹੌਲੀ ਜਾਣਾ, ਤੇ ਤਾਂ ਕਰਕੇ ਹੁਣ ਆਪਾਂ ਆਉਣ ਦੀ ਵੇ ਆ। ਉੱਥੋਂ ਲੈ ਆਉਂਦੇ ਆ ਨਾ ਰੱਖਣੀ, ਪੁੱਛ ਲੈਂਦੇ ਆ ਉੱਥੇ। ਇੱਦਾਂ ਦੇ ਪਰ ਟੁੱਟ ਜਾਂਦੀਆਂ, ਦੇਖੋ ਆਹ ਆਹ ਵਾਲੀ ਆ ਗਈ ਵਧੀਆ, ਵੀਰਾ ਲਿਖਿਆ ਇਹ ਤੇ। ਨੋਰਮਲ ਨੋਰਮਲ ਜਿਹੀਆਂ ਆ ਜਾਂਦੀ, ਫੈਂਸੀ ਜੀ ਨਹੀਂ ਹੈਗੀ। ਤੇ ਆਪਾਂ ਰੱਖੜੀਆਂ ਦੇਖੀਆਂ ਇੱਥੇ, ਬਟ ਇੰਨੀਆਂ ਕੋਈ ਖਾਸ ਨਹੀਂ ਲੱਗੀਆਂ ਮੈਨੂੰ। ਮੈਨੂੰ ਵੀ ਨਹੀਂ ਖਾਸ ਲੱਗੀਆਂ, ਉਹਨੇ ਵੀ ਚੱਲ ਮੈਂ ਚੁਆਇਸ ਕਰਦੀ ਪਈ ਸੀ ਪਰ ਬੇਮਨੂ ਜਿਹਾ ਵੀ ਚੱਲ ਇਹ ਹੀ ਸੀ। ਜਿੱਦਾਂ ਕੁਆਂਟੀਟੀ ਜਦ ਤੱਕ ਕਿੰਨੀਆਂ ਹੀ ਸੀਗੀਆਂ। ਹਾਂ ਪਰ ਕੁਆਲਿਟੀ ਨਹੀਂ ਸੀ, ਕੁਆਲਿਟੀ ਨਹੀਂ ਸੀ ਜਿੱਦਾਂ।
ਮੈਂ ਤੁਹਾਨੂੰ ਦਿਖਾਇਆ ਹੀ ਆ ਨਾ ਟੇਬਲ ਟੇਬਲ ਪੂਰਾ ਭਰਿਆ ਪਿਆ ਸੀ ਪਰ ਕੋਈ ਉਦਾਂ ਨਹੀਂ ਸੀ ਹੁਣ ਕੋਈ ਹੋਰ ਦੇਖਦੇ ਆ ਆਪਾਂ ਉੱਥੇ ਦੇਖਦੇ ਆ ਕੋਈ ਵਧੀਆ ਮਿਲ ਜਾਵੇ ਤਾਂ ਟੋਏ ਕਿੱਡੇ ਕਿੱਡੇ ਆ ਸੜਕਾਂ ਦੇ ਵਿੱਚ ਸਰਕਾਰ ਤੋਂ ਕੋਈ ਕੰਮ ਕਰਾ ਲਓ ਕੋਈ ਨਾ ਤੇਰੇ ਜਾਣ ਤੋਂ ਬਾਅਦ ਮੇਰੀ ਮੀਟਿੰਗ ਆ ਉਹਨਾਂ ਨਾਲ ਤੇ ਬਸ ਇਹੀ ਕੰਮ ਕਰਾਉਣਾ ਆ ਹੁਣ ਤੇ ਹੁਣ ਦੇਖਦੇ ਆ ਅੱਗੇ ਕੋਈ ਸਾਨੂੰ ਵਧੀਆ ਜਿਹਾ ਸ਼ਾਪ ਮਿਲਦੀ ਆ ਤਾਂ ਆਪਾਂ ਉੱਥੋਂ ਲੈਨੇ ਆ ਰੱਖੜੀ ਆਹ ਸਾਹੀ ਬੱਕਰੀ ਰੋਕ ਲਿਓ ਸਮਾਨ ਲੈਣਾ ਥੋੜਾ ਜਿਹਾ ਹੁਣ ਰੱਖੜੀ ਵੀ ਬੰਨਣੀ ਆ ਤਾਂ ਭਰਾ ਲਈ ਕੋਈ ਗਿਫਟ ਵੀ ਨਹੀਂ ਲਿਆ ਨਹੀਂ ਮਤਲਬ ਇਹ ਕਹਿੰਦੇ ਫਰੇਮ ਮੈਂ ਕਿਹਾ ਫਰੇਮ ਵਗੈਰਾ ਮੈਂ ਨਹੀਂ ਲੈਣਾ ਕਿਉਂਕਿ ਉਹਦਾ ਕੀ ਆ ਕੋਈ ਆਪਾਂ ਇਦਾਂ ਦਾ ਲੈਂਦੇ ਉਹ ਰੱਖ ਦੇਈਦਾ ਆਪਾਂ ਹਨਾ ਮਤਲਬ ਖੁਸ਼ੀ ਹੁੰਦੀ ਉਹਨੂੰ ਦੇਖ ਕੇ ਸੋਹਣਾ ਲੱਗਦਾ ਪਰ ਰੱਖ ਦੇਈਦਾ ਮੈਂ ਕਿਹਾ ਕੋਈ ਆਪਾਂ ਇਦਾਂ ਦੀ ਚੀਜ਼ ਲੈ ਦਿੰਦੇ ਆ ਵੀ ਜਿਹੜੀ ਯੂਜ਼ ਕਰ ਸਕੇ ਹਾਂਜੀ ਮੇਰਾ ਮੰਨਣਾ ਇਹ ਆ ਬਟ ਇਹ ਮੈਂ ਨਵਦੀਪ ਨੂੰ ਕ੍ਰੈਡਿਟ ਦੇਣਾ ਚਾਹੂੰਗੀ ਇਸ ਚੀਜ਼ ਦਾ ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਵੀ ਕੁਛ ਲੈ ਆਉਂਦੇ ਤੇ ਲਈ ਇੰਨੇ ਦਿਨਾਂ ਤੋਂ ਤੇਲੀ ਲੈ ਕੇ ਰੱਖਿਆ ਆ ਵੀ ਤੂੰ ਵੀ ਓਲੀ ਕੁਛ ਲੈ ਮੈਂ ਤਾਂ ਥੋੜਾ ਸਮਝਦਾਰ ਹੈਗਾ ਹੀ ਆ ਚਲੋ ਕੀ ਆਪਣੇ ਮੂੰਹ ਨੂੰ ਤਾਰੀਫ ਕਰਨੀ ਆ ਆਰਾਮ ਨਾਲ ਤੁਰਿਓ ਹੈ ਮੂੰਹ ਜਿਹਾ ਲੈ ਕੇ ਗੱਡੀ 'ਚ ਬੈਠੀ ਹੋ ਆ ਮੈਂ ਰੱਖੜੀ ਮੰਗਣੀ ਆ ਹੋਰ ਅੱਗੇ ਪਿੱਛੇ ਕੁਛ ਨਹੀਂ ਹੈਗਾ ਦਿਮਾਗ ਦੇ ਵਿੱਚ ਵੀ ਮੈਂ ਕੋਈ ਗਿਫਟ ਦੇ ਦਵਾਂ ਜਾਂ ਕੁਛ ਆ ਹਨਾ ਵੀ ਹੁਣ ਮੈਂ ਰੱਖੜੀ ਬੰਨਣੀ ਕੀ ਪਤਾ ਮੁੜ ਕੇ ਤਿੰਨਾਂ ਸਾਲਾਂ ਨੂੰ ਬੰਨਾਂ ਚਾਰਾਂ ਨੂੰ ਬੰਨਾਂ ਆਰਾਮ ਨਾਲ ਤੁਰਿਓ ਆ ਕੋਈ ਨਹੀਂ ਹੁਣ ਮੈਂ ਉਹਦੇ ਕੋਈ ਯੂਜ਼ ਜਿਹੜਾ ਚੀਜ਼ ਉਹ ਯੂਜ਼ ਕਰ ਸਕੇ ਉੱਥੋਂ ਮਤਲਬ ਉਹਨੂੰ ਨਾਲ ਲਿਜਾ ਕੇ ਆਪਾਂ ਉਹਨੂੰ ਦਵਾ ਦਾਂਗੇ ਹਾਂਜੀ ਕੁਛ ਦੇਖਦੇ ਆ ਮਤਲਬ ਹਜੇ ਕੁਛ ਡਿਸਾਈਡ ਨਹੀਂ ਆ ਬਟ ਇਦਾਂ ਹਜੇ ਤੱਕ ਮੈਂ ਇਦਾਂ ਸੋਚਿਆ ਆ ਕੋਈ ਪਲਾਨ ਬਦਲੂਗਾ ਤਾਂ ਆਪਾਂ ਤੁਹਾਨੂੰ ਅਪਡੇਟ ਕਰ ਦਾਂਗੇ ਚੱਲ ਸ਼ੁਰੂ ਕਰ ਬੋਲ ਲਓ ਆ ਬੋਲ ਬੰਦ ਜਾ ਮੈਨੂੰ ਨਹੀਂ ਪਤਾ ਕਿਹਦੇ ਕਿਹਦੇ ਜਾਣਾ ਹੁਣੇ ਬੜੇ ਬੜੇ ਕੀ ਗੱਲ ਹੋਈ ਲੜਕੇ ਹੜੇ ਕਹਿੰਦਾ ਰਿਸ਼ਤੇਦਾਰ ਕਿਹੜਾ ਲੱਗੇ ਮੈਂ ਕਿਹਾ ਛੱਡੋ ਮਾਰਾ ਕੀ ਕਹਿੰਦੇ ਇੰਨੀ ਗੱਲ ਤਾਂ ਲੜ ਪਏ ਵੀ ਨਹੀਂ ਮੈਂ ਤਾਂ ਕਿਹਣੇ ਆ ਹਾਂਜੀ ਦੱਸੋ ਕਿਹਣੇ ਕਿਹਣੇ ਤੇ ਜਾਣਾ ਚਲੋ ਨਹੀਂ ਉਹ ਗੱਲ ਨਹੀਂ ਹੈਗੀ ਇਦਾਂ ਹਣਾ ਫੇ ਗੁੱਸਾ ਆਉਂਦਾ ਜਦੋਂ ਕੋਈ ਬੰਦੇ ਨੂੰ ਗੱਲ ਕਰਦੇ ਨੂੰ ਟੋਕ ਦਵੇ ਨਾ ਨਹੀਂ ਇਦਾਂ ਨਹੀਂ ਹੈਗਾ ਇਦਾਂ ਆ ਇਦਾਂ ਨਹੀਂ ਹੈਗਾ ਤੁਸੀਂ ਵੀ ਇਦਾਂ ਕਰਦੇ ਹੁੰਦੇ ਸੇਮ ਉਹ ਤਾਂ ਮੈਨੂੰ ਵੀ ਆਉਂਦਾ ਹੁੰਦਾ ਆ ਤੁਹਾਡੀ ਤਾਂ ਗੱਲ ਫਾਲਤੂ ਹੁੰਦੀ ਮੈਂ ਤਾਂ ਟੋਕਦਾ ਹੁੰਦਾ ਸੇਮ 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 ਟੂ ਯੂ ਮੇਰੀ ਗੱਲ ਕੀ ਫਾਲਤੂ ਆ ਤੁਹਾਨੂੰ ਇਹੀ ਲੱਗ ਇਹਨਾਂ ਨੂੰ ਪਤਾ ਇੱਕ ਬਹੁਤ ਵੱਡਾ ਵਹਿਮ ਆ ਬਹੁਤ ਵੱਡਾ ਨਹੀਂ ਬਹੁਤ ਤੋਂ ਵੀ ਬਹੁਤ ਜ਼ਿਆਦਾ ਵੱਡਾ ਵੀ ਮੈਂ ਸਹੀ ਆ ਆਈ ਐਮ ਪਰਫੈਕਟ ਇਹ ਗੱਲ ਤੇ ਵੀ ਤੁਸੀਂ ਇਹ ਗੱਲ ਕਹਿ ਸਕਦੇ ਵੀ ਤੁਸੀਂ ਸਹੀ ਆ ਹਾਂ ਮੈਂ ਵੀ ਸਹੀ ਹਾਂ ਪਰ ਜਿੱਥੇ ਮੈਂ ਗਲਤ ਹਾਂ ਮੈਂ ਗਲਤ ਆ ਹਨਾ ਇਹ ਜਿੱਥੇ ਗਲਤ ਵੀ ਹੋਣ ਨਾ ਇਹਨਾਂ ਨੂੰ ਰਿਅਲਾਈਜ਼ ਵੀ ਹੋ ਜਾਵੇ ਵੀ ਹਾਂ ਇਹ ਮੇਰੀ ਗੱਲ ਇਹਨਾਂ ਨੇ ਡਾਇਰੈਕਟਲੀ ਨਹੀਂ ਮੰਨਣਾ ਉਹ ਪਹਿਲਾਂ ਮੰਨ ਲੈਣੀ ਫਿਰ ਉਸ ਚੀਜ਼ ਨੂੰ ਕਵਰ ਕਰ ਦੇਣਾ ਵੀ ਨਹੀਂ ਉਹ ਬੰਦੇ ਨੇ ਵੀ ਇਦਾਂ ਕੀਤਾ ਮੈਂ ਤਾਂ ਇਦਾਂ ਕੀਤਾ ਮੈਂ ਆਹ ਦੇਖੋ ਆਹ ਜਿਹੜੀ ਗੱਲ ਦੀ ਐਡੀ ਵੱਡੀ ਐਕਸਪਲੇਨੇਸ਼ਨ ਦੇਣ ਦਈ ਆ ਉਹ ਆਹ ਗੱਲ ਆ ਵੀ ਮੈਂ ਕਿਹਾ ਹਜੇ ਆਪਾਂ ਇੰਨੇ ਰਿਸ਼ਤੇਦਾਰਾਂ ਦੇ ਜਾਣਾ ਆ ਦੇਣ ਸਾਡੇ ਤੋਂ ਥੋੜੇ ਆ ਮੇਰਾ ਇਹ ਕਹਿਣ ਦਾ ਮਤਲਬ ਸੀ ਵੀ ਇੰਨੇ ਜਾਣੇ ਹਜੇ ਅਸੀਂ ਕਵਰ ਅਪ ਕਰਨਾ ਆ ਉੱਥੇ ਵੀ ਜਾਣਾ ਉੱਥੇ ਵੀ ਜਾਣਾ ਨਹੀਂ ਨਹੀਂ ਆਪਾਂ ਨੇ ਆਹ ਗੱਲ ਕਰਨੀ ਆਪਾਂ ਨੇ ਆਹ ਕਢਾਉਣਾ ਲੈ ਦੱਸ ਇਦਾਂ ਚੰਗਾ ਲੱਗਦਾ ਹੈ ਇੰਨੀ ਕੁ ਗੱਲ ਪਤਾ ਨਹੀਂ ਕਿੱਧਰ ਨੂੰ ਲੈ ਗਈ ਕੀ ਹਿਸਾਬ ਕਿਤਾਬ ਕੀਤਾ ਮੈਂ ਕੱਲੀ ਆਹ ਗੱਲ ਤਾਂ ਨਹੀਂ ਕਹਿੰਦੀ ਮੈਂ ਆਲ ਓਵਰ ਮਤਲਬ ਸਾਰਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਹਿੰਦੀ ਕਿਤੇ ਕੋਈ ਵੀ ਗੱਲ ਹੋ ਜਾਵੇ ਨਾ ਇਹਨਾਂ ਨੂੰ ਕਹੀਏ ਵੀ ਇੱਥੇ ਨਵਦੀਪ ਤੁਸੀਂ ਗਲਤ ਆ ਇਹਨਾਂ ਨੇ ਕਹਿਣਾ ਨਹੀਂ ਅੰਦਰੋਂ ਅੰਦਰ ਹੀ ਇਹਨਾਂ ਨੇ ਸੋਚ ਲੈਣਾ ਵੀ ਹਾਂ ਇਹਨਾਂ ਨੇ ਜਦੋਂ ਸੋਚਣਾ ਇਹਨਾਂ ਨੂੰ ਪਤਾ ਵੀ ਲੱਗ ਜਾਣਾ ਵੀ ਹਾਂ ਇੱਥੇ ਮੇਰੀ ਵੀ ਗਲਤੀ ਪਰ ਇਹਨਾਂ ਨੇ ਬੋਲਣਾ ਨਹੀਂ ਤੁਸੀਂ ਆਪ ਦੇਖ ਲਓ ਕਿਹੜੀ ਗੱਲ ਸੀ ਤਾਂ ਕੈ ਨੂੰ ਤੁਰੀ ਹੋਆ ਇਹਨਾਂ ਨੇ ਨਾ ਬੋਲ ਮੂੰਹੋਂ ਨਹੀਂ ਇਹਨਾਂ ਵੀ ਮੈਂ ਗਲਤ ਸੀ ਇਹ ਇਦਾਂ ਦਾ ਬੰਦਾ ਆ ਉਹ ਕਹਿੰਦੇ ਹੁੰਦੇ ਨਾ ਆਪਣੇ ਆਪ ਦੇ ਵਿੱਚ ਵੀ ਮੈਂ ਪਰਫੈਕਟ ਆ ਪਰਫੈਕਟ ਫਿਗਰ ਪਰਫੈਕਟ ਨਹੀਂ ਹੁੰਦਾ ਪਰਫੈਕਟ ਹੁੰਦਾ ਆ ਉਹ ਮੇਰੇ ਮੂੰਹ ਚ ਹੋ ਗਿਆ ਹਾਂ ਪਰਫੈਕਟ ਫਿਗਰ ਆ ਮੈਂ ਮਤਲਬ ਮੇਰੇ ਤੋਂ ਤਾਂ ਕੋਈ ਗਲਤੀ ਹੋ ਹੀ ਨਹੀਂ ਸਕਦੀ ਮੈਨੂੰ ਰੱਬ ਨੇ ਪੂਰਾ ਉਹ ਕੀ ਕਹਿੰਦੇ ਹੁੰਦੇ ਸਪਨ ਗੁਣ ਸੰਪੰਨ ਸਭ ਗੁਣ ਸੰਪੰਨ ਬਣਾਇਆ ਪਤਾ ਨਹੀਂ ਕੀ ਹੁੰਦਾ ਆ ਕਰੀ ਦੇਖ ਲਓ ਕੀ ਜਾਂਦੇ ਆ ਯਾਰ ਮਤਲਬ ਸਾਰੇ ਗੁਣਾਂ ਦਾ ਮੈਂ ਉਹ ਆ ਮਤਲਬ ਸਾਰਾ ਕੁਝ ਮੈਨੂੰ ਪਤਾ ਆ ਗੁਣੀ ਆ ਮੈਂ ਗੁਣੀ ਹਾਂ ਗੁਣੀ ਆ ਇਹ ਆਹੋ ਹਾਂ ਇਹ ਤਾਂ ਸੋਚਦੇ ਆ ਪਰਫੈਕਸ਼ਨਿਸਟ ਦੋ ਵਰਡ ਗਣਾਤੇ ਨਾ ਸਭ ਗੁਣ ਸੰਪੰਨ ਪਤਾ ਨਹੀਂ ਕੁਝ ਕਹਿੰਦੇ ਹੁੰਦੇ ਯਾਰ ਹੁਣ ਮੈਨੂੰ ਬੋਲਣਾ ਨਹੀਂ ਆਉਂਦਾ ਪਤਾ ਨਹੀਂ ਕੀ ਹੁੰਦਾ ਛੱਡੋ ਦੇਖੋ ਕਿੱਥੇ ਕਿੱਥੇ ਜਾਣਾ ਹਜੇ ਹਜੇ ਮਤਲਬ ਅੱਜ ਆਪਾਂ ਸਟਾਰਟ ਕੀਤਾ ਹੈ ਮੇਰੇ ਪਿੰਡ ਤੋਂ ਆਪਾਂ ਅੱਜ ਚੱਲੇ ਹਾਂ ਮੇਰੇ ਪਿੰਡ ਤੋਂ ਪਹਿਲਾਂ ਆਪਾਂ ਸੋਚਿਆ ਸੀ ਮੈਂ ਇਕੱਲੀ ਰਹਾਂਗੀ ਬਟ ਫਿਰ ਆਪਾਂ ਸੋਚਿਆ ਵੀ ਜੇ ਮੈਂ ਪਹਿਲਾਂ ਇਕੱਲੀ ਰਹਿ ਜਾਊਂਗੀ ਫਿਰ ਅਸੀਂ ਜਾਵਾਂਗੇ ਸਾਰਿਆਂ ਨੂੰ ਮਤਲਬ ਦਿਨ ਵੇਸਟ ਹੋਣੇ ਆ ਦਿਨ ਉਹਨੇ ਕਿਹਾ ਮਿਲਣੀ ਹੋਣਾ ਇੱਕ ਚੀਜ਼ ਹੋਣੀ ਹੁਣ ਆਪਾਂ ਦੋਨੇ ਜਾਣੇ ਚੱਲੇ ਹਾਂ ਆਪਾਂ ਦਿਨ ਨੂੰ ਮਿਲਿਆ ਆ ਕਰਨਾ ਜਿਹਨੂੰ ਜਿਹਨੂੰ ਮਿਲਣਾ ਆ ਰਾਤ ਨੂੰ ਸਟੇ ਮੰਮੀ ਹੋਣਾ ਦੇ ਕਰ ਲਿਆ ਨਹੀਂ ਇੱਦਾਂ ਆਪਾਂ ਸੋਚਿਆ ਆ ਫਿਰ ਇੱਧਰ ਆ ਕੇ ਮਾਸੀਆਂ ਨੂੰ ਮਿਲਣਾ ਆ ਆਪਣੀਆਂ ਨੂੰ ਫਿਰ ਮਾਮੇ ਆ ਮਤਲਬ ਕਾਫੀ ਰਿਸ਼ਤੇਦਾਰੀ ਹੈਗੀ ਭੂਆ ਮਤਲਬ ਕਾਫੀ ਆ ਵੱਡਾ ਟੱਬਰ ਸਾਰਿਆਂ ਨੂੰ ਦਿਨ ਥੋੜੇ ਆ ਤਾਂ ਕਰਕੇ ਵਿੱਚ ਮੇਰਾ ਬਰਥਡੇ ਆ ਉਹ ਤਾਂ ਚਲੋ ਕੋਈ ਨਹੀਂ
ਕਿੱਦਾਂ ਨੂੰ ਮੇਰਾ ਬਰਥਡੇ ਦੱਸਿਆ ਹੁਣ ਦੇਖਿਆ ਉਹਨਾਂ ਨੇ ਉਹ ਤਰੀਕ ਨੂੰ अठारह सोलह नू बस ठीक है मेनू आ दो महीने भुलेखा सी सितंबर अच्छा सितंबर च मेनू अगस्त तो सितंबर चलो कोई नहीं छोड़ो ये गल पता लग ਹੁਣ ਆਪਾਂ ਭੋਗਪੁਰ ਆ ਗਿਆ ਇੱਥੇ ਆਪਾਂ ਦੇਖਦੇ ਆ ਰੱਖੜੀ ਚ ਮਿਲ ਗਈ ਕਿਉਂਕਿ ਫਿਰ ਅੱਗੇ ਆਪਾਂ ਕਰਤਾਰਪੁਰ ਆਇਆ ਨਾ ਉਸ ਦਾ ਸਾਨੂੰ ਪਤਾ ਨਹੀਂ ਹੁਣ ਭੋਗਪੁਰ ਆਪਾਂ ਸ਼ਾਪਿੰਗ ਵਗੈਰਾ ਕੀਤੀ ਤਾਂ ਕਰਕੇ ਥੋੜੀਆਂ ਜਿਹੀਆਂ ਦੁਕਾਨਾਂ ਦਾ ਪਤਾ ਆ ਯੈਸ ਤੇ ਆਪਾਂ ਦੇਖ ਲਈਏ ਫਿਰ ਤੁਹਾਨੂੰ ਨਾਲ ਨਾਲ ਦਿਖਾਉਂਦੇ ਆ ਆਪਾਂ ਠੀਕ ਆ ਓਕੇ ਹਾਂਜੀ ਤੇ ਹੁਣ ਆਪਾਂ ਰੱਖੜੀ ਆ ਸੀਟ ਬੈਲਟ ਤਾਂ ਵੀ ਸੋਹਣੇ ਹੁੰਦੇ ਆ ਇਹ ਰੱਖੜੀ ਆਪਾਂ ਲੈ ਲਈ ਆ ਮਤਲਬ ਤਿੰਨ ਚਾਰ ਲੈ ਲਈਆਂ ਆ ਜਿਹੜੀ ਉਹਨੂੰ ਜ਼ਿਆਦਾ ਪਸੰਦ ਹੋਊਗੀ ਉਹ ਪਹਿਲਾਂ ਬੰਨ ਦਾਂਗੇ ਬਲੂਆਂ ਨਾਲੋਂ ਕਾਫੀ ਜ਼ਿਆਦਾ ਵੈਰਾਈਟੀ ਸਾਨੂੰ ਮਿਲ ਗਈ ਸੀ ਚੰਗਾ ਹੋਇਆ ਉੱਥੇ ਨਹੀਂ ਲਈ ਨਹੀਂ ਤਾਂ ਮੈਨੂੰ ਪਛਤਾਵਾ ਰਹਿਣਾ ਸੀਗਾ ਇੱਕ ਭਰਾ ਦੇ ਰੱਖੜੀ ਬੰਨਣੀ ਆ ਤੇ ਚਾਰ ਰੱਖੜੀਆਂ ਲਈਆਂ ਤਾਂ ਫਿਰ ਜਿਹੜੀ ਭਰਾ ਨੂੰ ਪਸੰਦ ਆਊਗੀ ਉਹ ਬੰਨ ਦੂੰਗੀ ਹਾਂ ਕਿਆ ਆਪਣਾ ਰੱਖੜੀ ਵਾਲਾ ਸਾਰਾ ਹੋ ਗਿਆ ਮੈਨੂੰ ਟੈਨਸ਼ਨ ਸੀ ਮੈਂ ਕਿਹਾ ਮਿਲ ਜਵੇ ਮਿਲ ਜਵੇ ਮਿਲ ਜਵੇ ਚਲੋ ਮਿਲ ਗਈ ਐ ਹੁਣ ਆਪਾਂ ਕਿੱਦਾਂ ਮਿਲ ਗਈ ਐ ਇਹ ਨਹੀਂ ਦੱਸਿਆ ਮੈਂ ਦੇਖੀ ਦੁਕਾਨ रखड़ी देना सारे ने रखी होनी हुण वधिया लैके आई आ ते आपां लै लईआं आ चॉइस भी वधिया सी काफी वैरायटी सीगी तुसीं देखे होणा बणाया सी भला बणाया चार फाटका जांदे आ फिर चार फाटका ते 20 मिंट ला लो 15-15 मिंट ला लो कोई नहीं फाटक आ जांदे आ चलो चलिए हुण आ तुसीं फड़ो कैमरा हुण ਸਾਨੂੰ ਪਤਾ ਨਹੀਂ ਜਿਆਦਾ ਡੀਟੇਲ ਤਾਂ ਸਾਨੂੰ ਪਤਾ ਨਹੀਂ।